हाँ की बनी बैठी है हैं? ओए किवें बेलिया लै भी झोने वाले बाई भी लगे पे सतरीकाल तू ठीक है आलू पी ली है तू बड़ा मंजे जड़िया बैठा की गल ओए मुंह देख लो बेटा मुंह देख लो बेटा मुंह का तो बेटा हैं चेरा बुजुर्ग हो गया है हुण उत्ते ही बहिंदा हुण ते बेली ओए दी एज हो गई आ 14 साल हुण इहनूं तुरना भी थोड़ा जिहा औखा हुंदा तां करके आ होर पंगा पै गया पाइपलाइन हो गई इत्थों लीक ते पानी निकलदा हुण लगे तां पया पूरे जोरों शोरों नाल बंदे भी देखदे आ कामयाब हुंदे आ कि नहीं करदे मिस्त्री पैसे बचाउंदे होए सारे पास खिच पूरी है भी हुण बाण बूण भर लगे इत्थों थले लै वे मित्रों इधर भी गोला सियां चाचे के कंप्यूटर करा लाउण आया वे लै गोले चाह पी ला पीला पिंड उड़ा सी बिस्तरा शाह पीनी नेरी चुट गया मंजा केड़े पिंड गया मंजा फिर केड़े पिंड होगा है नी मैंने तो सही है ना बटे चार जा फुल चल तू चार्ज हो जा पी के फिर ठेकेदार पशु चल फिर मैं पिया छुट्टी लेके गोले गोले पशु बन जी जरूर साहब ने सलूट मार के मशीन चल पी कोई ना बिचा खरीदी नहीं ना चल पियो गोल मशीन सही गल बना लिया तंगली का कसिया चाचा तंगली का कसिया बना लेना डबल चाह पी ली डबल कोट ला दी बाद जे किधरों मल्ला नीमा करता काट कटी जानी इधरी हिसाब ला ला फिर समार के कहता
ਬੋਲਿਆ ਕੋਈ ਪੱਤੀ ਚ ਫਰਕ ਨਹੀਂ ਹੋਣਾ ਚਾਹੁੰਦਾ, ਕੋਈ ਚੁੰਡ ਨਹੀਂ ਨੀਵੀਂ ਹੋਣੀ ਚਾਹੀਦੀ, ਚੱਕ ਲਾ ਪਹਿਲਾਂ ਹੀ ਆਪਦਾ ਸਮਾਨ ਜਾਂ ਤਾਹਾਂ ਨੂੰ ਹੀ। ਚਾਹ ਪੀਣੀ ਹੋਵੇ ਘੈਂਟੀ ਕਰਦੀ, ਤੇਰੇ ਕੋਲੇ ਚਾਹ ਪਹੁੰਚਦੀ ਹੋ ਜੂਗੀ। ਠੀਕ ਆ, ਚੰਗਾ ਫਿਰ ਅਸੀਂ ਕੁੱਤਰ ਦੇਖ ਕੇ ਆਉਣੇ ਆ। ਚੰਗਾ, ਕੁੱਤਰ ਆ ਪਿੰਡ ਚ ਛੱਡੇ ਵੇ, ਉਹ ਫਿਰਦੇ ਸਾਰੇ ਸਮਾਨ ਛੁੱਟੇ ਵੇ। ਚੱਲ ਭਾਈ, ਆ ਸਾਡਾ ਰਾਠਾ ਜਿਹਾ ਮੁੰਡਾ ਕੰਮ ਆ। ਉਹ ਡਿੱਗ ਪੈ ਪਤੰਦਰਾ ਦੇਖ, ਡਲਿਆ ਉੱਤੋਂ ਦੀ ਫੋਨ ਹੀ ਹੋ ਗਿਆ ਸਾਰਾ ਕੁਛ। ਚੱਲ ਵਗਿਆ, ਚੱਲ ਆਪਾਂ ਇੱਕ ਦਿਨ ਟਰੈਕਟਰ ਵੀ ਘੁਮਾਉਣੇ ਕਦੂ, ਫਿਰ ਕਿੱਦਾਂ ਘੁੰਮ ਗਏ ਉਹ ਢਿੱਲੋ ਪਰੀ ਸਰ ਕਿੱਦਾਂ ਡਾਇਵ ਨਾਲ ਭਜਾਉਂਦੇ ਹੁੰਦੇ ਆ ਹਨਾ। ਆਪਾਂ ਟਰੈਕਟਰ ਘੁਮਾਵਾਂਗੇ ਜਿਹੜੇ ਚੀਜ਼। ਹਾਂ ਨੋਵਾ ਵੀ ਆਤ ਲਈ, ਪਰ ਨੋਵਾ ਬਹਿ ਜੂਗੀ ਵਧੀਆ। ਉਹ ਮਾੜਾ ਮਾੜਾ ਜਿਹਾ ਪਾਣੀ ਛੱਡਿਆ ਹੁੰਦਾ ਉਹਨਾਂ ਨੇ। ਖੇਤ ਦਾ ਨਜ਼ਾਰਾ ਵੀ ਬਾਈ ਖੇਤ ਦੇ ਨਾਲ ਹੀ ਹੈ ਬਾਕੀ। ਲੈ ਵੀ ਕੰਪਿਊਟਰ ਕਰਾਸ਼ ਵਾਲਾ ਕੰਮ ਸਟਾਰਟ ਆ ਹੁਣ, ਇੱਧਰ ਬਾਣ ਭਰ ਗਿਆ ਅਤੇ ਇੱਧਰਲਾ ਕੰਪਿਊਟਰ ਕਰਾਸ਼ ਲਾ ਕੇ ਅਤੇ ਫਿਰ ਆਹ ਵੀ ਚਾਚੇ ਕਹਿੰਦੇ ਬਾਣ ਭਰਨਾ। ਕਿਵੇਂ ਆਹ ਤਾਂ ਲੱਗ ਹੀ ਗਿਆ ਝੋਨਾ, ਫਿਰ ਆਹ 3-4 ਵੀ ਲੱਗ ਗਿਆ, ਬਾਕੀ ਆਹ ਵੀ ਬਾਣ ਭਰਿਆ ਗਿਆ। ਫਿਰ ਆਹ ਇੱਧਰ ਅਤੇ ਲਾ ਕੇ ਅਤੇ ਫਿਰ ਇੱਧਰ ਵੀ ਪਾਣੀ ਛੱਡਣਾ ਅਤੇ ਬਾਣ ਭਰਨਾ। ਅਤੇ ਆਪਣੇ ਕਿੱਥੇ ਕਿੱਥੇ ਪਾਣੀ ਛੱਡ ਲਿਆ ਸਾਰੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਕਿੱਥੇ ਕਿੱਥੇ ਝੋਨਾ ਲਾਉਣ ਲੱਗੇ ਪਏ ਆਪਣੇ ਏਰੀਏ ਦੇ ਵਿੱਚ ਉਹ ਵੀ ਜ਼ਰੂਰ ਦੱਸਿਓ। ਲੈ ਵੀ ਕਾਲੀ ਬਿੱਲੀ ਵੀ ਇੱਥੇ ਆ ਰਹੀ, ਕਿੱਧਰ 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 ਇੱਧਰ ਜਾ ਕੇ ਇੱਧਰ 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 ਕਿੱਧਰ ਚੱਲੇ ਆਪਾਂ, ਹੈਂ ਕਿੱਧਰ ਚੱਲੇ? ਆਹ ਫਿਰਦੀ ਟਿੰਡਕ ਮਿੰਡਕ ਇਹਦੀ ਆ ਰਹੀ ਉਰੇ ਇੱਧਰ ਕਿੱਧਰ ਵੜਦੇ ਹੋ? ਰੂਟਾ ਬੈਟਰ ਜੀ ਵੜੀ ਜਾਂਦੇ ਪਤੰਦਰੋ। ਆ ਜਾ ਫਿਰ ਉਰੇ, ਅਤੇ ਬਾਈ ਮਿਸਤਰੀ ਵੀ ਬਾ ਕਮਾਲ ਹੈ, ਬਾਈ ਨੂੰ ਤੰਗਲੀ ਬਣਾਉਣ ਨੂੰ ਕਿਹਾ ਸੀਗਾ ਅਤੇ ਆਹ ਚੱਕ ਕੇ ਦੇ ਤਾ, ਅਤੇ ਆ ਜਾ ਵਾਪਸੀ ਮੋੜ ਕੇ ਅਤੇ ਇੱਕ ਬੰਦੇ ਕੋਲ ਹੋਰ ਚੱਲਦੇ ਆਰੋ ਚੱਲ ਗਏ। ਬੜਾ ਤੰਗ ਕੀਤਾ ਬੰਦੇ ਨੇ। ਬੰਦਾ ਗਲਤ ਬੋਲ ਐਡੇ ਵੱਡਾ ਬਾਹਰ ਆ, ਆ ਗੁੰਡਾ ਬਾਈ ਜੀ ਬਾਹਰ ਆਇਓ, ਆ ਤੰਗ ਜੇ ਕਰਦਾ ਬਾਹਰ ਆ, ਬਾਹਰ ਇੱਥੇ ਅੰਦਰ ਨਹੀਂ, ਬਾਹਰ ਆ ਬਾਹਰ ਬਾਹਰ ਆ ਬਾਹਰ ਉਰੇ ਆ ਜਾ, ਸਲਾਹ ਇਹਨੂੰ ਫੜ ਲਾ ਤੰਗਲੀ, ਫੜ ਇੱਧਰ ਲਾ ਤੰਗਲੀ, ਲਾ ਤੰਗਲੀ, ਲਾ 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 ਤੰਗਲੀ, ਇਹ ਤੰਗ ਜਿਹਾ ਕਰਦਾ ਘਰੇ ਘਰੇ ਵਿਹਲੀ ਬਣਦਾ। ਚੱਲ ਹੁਣ ਲਾ ਤੰਗਲੀ, ਲਾ ਲਾ ਖਿੱਚਦੇ 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 ਉਹ ਖਿੱਚਦੇ ਵਿਹਲੀ ਬਣੇ ਕਿ ਹੁਣ ਦੱਸ ਦੇ, ਵਿਹਲੀ ਬਣਦੇ ਨੇ ਅੱਜ ਦੇ ਨਿਆਣੇ ਬੋਲੀ ਗਏ, ਹੈਂ ਵਿਹਲੀ ਬਣਦਾ ਗੇ ਨਹੀਂ ਘਰੇ ਘਰੇ ਬੋਲਦਾ ਤੈਨੂੰ। ਲਾ ਦੇ ਯਾਰ ਤੈਨੂੰ ਕਹੀ ਦੇ ਨਾ, ਲਾ ਦੇ ਯਾਰ ਕਮਾਲ ਹੋ ਗਈ ਯਾਰ। ਲਿਆ ਬਾਈ ਸਾਨੂੰ ਸਾਡੀ ਇਹ ਫੜਾ ਦੇ ਅਤੇ ਅਸੀਂ ਚੱਲੇ ਹਾਂ ਖੇਤ, ਤੂੰ ਤਾਂ ਹੈਗਾ ਵਿਹਲਾ, ਲੈ ਜਾ ਸੁਣ ਆਪਾਂ ਖੇਤ ਚਲੀਏ, ਆ ਲੈ ਚੱਲ। ਲੈ ਬਈ ਮਿੱਤਰੋ, ਇੱਧਰ ਤਾਂ ਗਿਆ ਝੋਨਾ ਲੱਗ, ਅਤੇ ਇੱਧਰ ਜਿਹੜਾ ਰਹਿ ਗਿਆ ਬਾਣ ਭਰਨ ਵਾਲਾ, ਇੱਧਰ ਅਤੇ ਇੱਧਰ ਨਿਬੇੜਦੇ ਹਾਂ ਹੌਲੀ ਹੌਲੀ ਫਿਰ ਕੰਮ। ਅਤੇ ਆਪਣੇ ਕਿੱਧਰ ਹੋਰ ਪਾਸੇ ਕਿਹੜੇ ਕਿਹੜੇ ਪਾਸੇ ਝੋਨਾ ਚਾਲੂ ਹੋਇਆ ਉਹ ਵੀ ਮੈਂ ਪਹਿਲਾਂ ਵੀ ਕਿਹਾ ਸੀ ਅਤੇ ਹੁਣ ਵੀ ਦੱਸਿਓ ਜ਼ਰੂਰ, ਇਸ ਨਾਲ ਥੋੜ੍ਹਾ ਬਹੁਤ ਸਾਰਿਆਂ ਨੂੰ ਪਤਾ ਲੱਗਦਾ ਰਹੂਗਾ। ਮੈਂ ਵੀ ਮਿੱਤਰੋ ਅੱਧਾ ਕੁ ਬਾਣ ਗਿਆ ਭਾਰ, ਕਿਵੇਂ ਕਰੀਏ ਹੁਣ ਤੁਸੀਂ ਦੱਸੋ, ਚਲਾ ਦਈਏ ਰੂਟਾ ਬੈਟਰ ਕੇ ਰਹਿਣ ਦੀ ਹਜੇ, ਕਿਤੇ ਬਾਪੂ ਗਾਲਾਂ ਵੀ ਨਾ ਕੱਢੇ ਕਿਤੇ, ਕਹਿੰਦੀ ਬਾਅਦ 'ਚ ਕਿਤੇ ਆਪਣੀ ਭੈੜੀ ਹੁੰਦੀ, ਫਿਰ ਦੇਖਦੇ ਹਾਂ ਇੱਕ ਵਾਰ ਕਿਹੜਾ ਬਣਾ ਕੇ। ਅਰੇ ਬਾਣ ਵਾਹਵਾ ਪਿਆ ਉੱਧਰ, ਲਾਹ ਨਹੀਂ ਭਰਿਆ, ਵਿਹਲੇ ਤਾਂ ਆਪਾਂ ਉਵੇਂ ਪਾਓ ਪਰ ਜਮਾਂ ਹੀ ਵਿਹਲੇ ਆਉਣ, ਹੁਣ ਆਪਾਂ ਰਾਤ ਨੂੰ ਕੱਦੂ ਕਰਨਾ ਉਦੋਂ ਦਿਖਾਵਾਂਗੇ ਤੁਹਾਨੂੰ ਸਾਰੇ ਮਿੱਤਰੋ। ਮਾੜਾ ਮਾੜਾ ਨਾਲ ਤੁਸੀਂ ਦੱਸਦੇ ਰਿਹਾ ਕਰੋ, ਜੇ ਮਾੜਾ ਮੋਟਾ ਕੋਈ ਬਲੌਗ ਘੈਂਟ ਜਿਹਾ ਲੱਗਦਾ ਹੁੰਦਾ, ਵਧੀਆ ਲੱਗਦਾ ਹੁੰਦਾ ਨਾ ਕੋਈ ਚੀਜ਼,
ਕਮੈਂਟ ਕਰਕੇ ਜਰੂਰ ਦੱਸਿਆ ਕਰੋ ਫਿਰ ਅਸੀਂ ਹੌਲੀ 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 ਹੋਰ ਖੋਰੂ ਕੱਟਣਾ ਸਟਾਰਟ ਕਰਨਾ ਹੈ ਠੀਕ ਹੈ ਮਿੱਤਰੋ ਹੁਣ ਰਾਤ ਨੂੰ ਮਿਲਦੇ ਹਾਂ ਪਰ ਰਾਤ ਨੂੰ ਕਰਦੇ ਹਾਂ ਮਿੱਤਰੋ ਕੱਦੂ ਠੀਕ ਹੈ ਟਿਸ਼ ਕਿਉਂ ਜਿਵੇਂ ਕਰਕੇ ਹਟਣਾ ਕਦ ਹੁਣ ਫਿਰ ਹੈਂ ਹਰ ਹੀ ਦਿੰਦੇ ਹਾਂ ਅਤੇ ਜੇ ਪਾਣੀ ਘੱਟ ਹੈ ਫਿਰ ਤੇਰੇ ਵਜੇ ਲੱਗਣਾ ਸਾਰਾ ਵੀ ਤੂੰ ਕਰਾਇਆ ਦੇਖ ਲਾ ਤੇਰੇ ਵਜੇ ਲੱਗੂਗਾ ਠੀਕ ਹੈ ਚੰਗਾ ਫਿਰ ਪਾਣੀ ਘੱਟ ਰਹੇਗਾ ਤੇਰੇ ਵਜੇ ਲੱਗਣਾ ਦੇਖ ਲਾ ਹੁਣ ਦੇਖੀ ਜਾਂਦੀ ਫਿਰ ਖੜ ਜਾ ਫਿਰ ਕੋਈ ਨਹੀਂ ਚੰਗਾ ਫਿਰ ਰਾਤ ਤਾਂ ਗਈ ਉਹ ਲੜਦੇ ਆ ਫਿਰ ਰਾਤ ਨੂੰ ਹਟਦੇ ਨਹੀਂ ਕਣੀ ਕਰਕੇ ਹਟਣੇ ਕਦੋਂ ਠੀਕ ਆ ਲੈ ਵੀ ਮੈਂ ਤਾਂ ਬਾਹਣ 'ਚ ਪਾਣੀ ਤਾਂ ਗਿਆ ਘੱਟ ਅਤੇ ਬਾਪੂ ਆਪਦਾ ਗੁੱਸਾ ਹੁਣ ਸੁੱਕੇ ਬਾਹਣ 'ਚ ਰੂਟਾਵੈਟਰ ਮਾਰ ਕੇ ਕੱਢੀ ਜਾਂਦਾ ਚੱਲ ਕੋਈ ਨਹੀਂ ਬਾਪੂ ਹੌਂਸਲਾ ਰੱਖ ਕੱਲ੍ਹ ਨੂੰ ਲੈਟ ਆਊਗੀ ਅਤੇ ਕੱਲ੍ਹ ਨੂੰ ਛੱਡ ਲਈ ਕੱਲ੍ਹ ਨੂੰ ਕਰ ਲਈ ਕੱਦੂ ਪਰ ਇੱਕ ਵਾਰ ਗੁੱਸਾ ਬਈ ਕੱਢੂਗਾ ਚੱਲ ਕੋਈ ਨਹੀਂ ਲਾਈਟਾਂ ਲੁੱਟਾਂ ਗਈਆਂ ਜੱਗ ਸਾਰੇ ਪਾਸੇ ਵੈਸੇ ਥੋੜ੍ਹਾ ਬਹੁਤ ਸਾਫ ਦਿਸੀ ਜਾਂਦਾ ਉੱਧਰ ਵੀ ਹੈ ਨਾ ਪੂਰੀਆਂ ਲਾਈਟਾਂ ਜਗੀ ਜਾਂਦੀਆਂ ਟਰੈਕਟਰ ਚੱਲੀ ਜਾਂਦਾ ਅਤੇ ਉਹ ਪਿੰਡਾਂ ਵਾਲੀਆਂ ਲਾਈਟਾਂ ਵੀ ਜਗਨ ਲੱਗ ਗਈਆਂ ਅਤੇ ਇੱਧਰ ਵੀ ਜਗਨ ਲੱਗ ਗਈਆਂ ਆ ਜਾਓ ਹੁਣ ਆਪਾਂ ਘਰ ਨੂੰ ਚੱਲਦੇ ਹਾਂ ਕੱਲ੍ਹ ਨੂੰ ਦੇਖਦੇ ਹਾਂ ਹੁਣ ਕੀ ਬਣਦਾ ਹਾਂਜੀ ਜੇ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਫਿਰ ਆਪਾਂ ਅਗਲਾ ਬਲੌਗ ਛੇਤੀ ਹੀ ਖੇਤ ਵਾਲਾ ਪਾਉਂਦੇ ਹਾਂ ਅਤੇ ਜਿਹੜੇ ਵੀਰ ਭਰਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਆਪਦੇ ਰਿਵਿਊ ਜ਼ਰੂਰ ਦੱਸਿਓ ਸਤਿ ਸ਼੍ਰੀ ਅਕਾਲ